ਇੱਕ ਪਾਸੇ ਪੰਜਾਬ ਸਰਕਾਰ ਨੇ 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰ ਦਿੱਤੀ ਹੈ, ਪਰ ਖਰੀਦ ਪ੍ਰਬੰਧ ਹਾਲੇ ਵੀ ਅਧੂਰੇ ਹੀ ਨਜ਼ਰ ਆ ਰਹੇ ਨੇ। ਤਾਜ਼ਾ ਮੀਂਹ ਨਾਲ ਰਾਜਪੁਰਾ ਦੀ ਅਨਾਜ ਮੰਡੀ ਵਿੱਚ ਪਾਣੀ ਖੜ ਗਿਆ, ਜਿਸ ਕਾਰਨ ਜ਼ਿਮੀਦਾਰਾਂ ਦੀ ਜ਼ੀਰੀ ਗਿੱਲੀ ਹੋ ਗਈ। ਕਿਸਾਨਾਂ ਨੇ ਕਿਹਾ ਕਿ ਮਾਰਕੀਟ ਕਮੇਟੀ ਵੱਲੋਂ ਪੂਰੇ ਪ੍ਰਬੰਧ ਨਾ ਹੋਣ ਦੇ ਕਾਰਨ ਉਹਨਾਂ ਦੀ ਫਸਲ ਮੀਂਹ ਦੀ ਲਪੇਟ ਵਿੱਚ ਆ ਗਈ। ਕਿਸਾਨਾਂ ਨੇ ਇਹ ਵੀ ਕਿਹਾ ਕਿ ਇਸ ਮੀਂਹ ਦੇ ਕਾਰਨ ਉਹਨਾਂ ਦੀ ਫਸਲ ਵਿੱਚ ਨਮੀ ਦੀ ਮਾਤਰਾ ਵੱਧ ਗਈ ਹੈ, ਜਿਸ ਦੇ ਕਾਰਨ ਹਾਲ ਫਿਲਹਾਲ ਉਹਨਾਂ ਦੀਆਂ ਹੋਰ ਦਿਹਾੜੀਆਂ ਮੰਡੀ ਵਿੱਚ ਹੀ ਗੁਜ਼ਰਨਗੀਆਂ। ਆ ਸਾਰਾ ਨੁਕਸਾਨ ਹੀ ਹੋ ਗਿਆ ਜੀ। ਦੇਖੋ ਉਰੇ ਕੋਈ ਪ੍ਰਬੰਧ ਨਹੀਂ ਹੈ, ਕੋਈ ਪੱਲੜ ਪੁੱਲੜ ਨਹੀਂ ਹੈਗਾ ਪਾਇਆ ਵਾ, ਸਾਰੀਆਂ ਬੋਰੀਆਂ ਬੋਰੀਆਂ ਭਿੱਜੀ ਗਈਆਂ। ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਜੀ ਵੀ ਆਹ ਨਾਲ ਦੀ ਨਾਲ ਇਹਨੂੰ ਚੱਕੇ ਕਰੋ ਜੀ। ਆ ਮੋਇਸਚਰ ਤਾਂ ਹੁਣ ਮੀਂਹ ਪੈ ਗਏ ਆ, ਮੋਇਸਚਰ ਹੁਣ ਘਟਣਾ ਹੀ ਨਹੀਂ ਹੈਗਾ। ਸਾਰੇ ਕਿਸਾਨਾਂ ਨੂੰ ਬਹੁਤ ਨੁਕਸਾਨ ਹੋਇਆ, ਮੰਡੀ 'ਚ ਵੀ ਬਹੁਤ ਬੁਰਾ ਹਾਲ ਹੋਇਆ, ਤੂਫਾਨ ਬਹੁਤ ਚੱਲਿਆ, ਤਰਪਾਲਾਂ ਉੱਡੀਆਂ ਬਹੁਤ ਹੈ। ਇਹ ਸਾਰਿਆਂ ਦਾ ਹੀ ਹੋਏਗਾ ਜੀ, ਕਿਸਾਨਾਂ ਦਾ ਆਪਣੀ ਜਗ੍ਹਾ 'ਤੇ, ਆੜ੍ਹਤੀਆਂ ਦਾ ਆਪਣੀ ਜਗ੍ਹਾ 'ਤੇ, ਮਿਲਾਂ ਵਾਲਾ ਆਪਣੀ ਜਗ੍ਹਾ 'ਤੇ, ਉਹਨਾਂ ਦਾ ਵੀ ਨੁਕਸਾਨ ਹੈ ਖਰੀਦਣ ਦਾ ਸਭ ਕੁਛ।